ਸਤਿ ਸ਼੍ਰੀ ਅਕਾਲ ਜੀ, ਉਮੀਦ ਹੈ ਸਾਰੇ ਵੀ ਠੀਕ ਠਾਕ ਹੋਣਗੇ। ਸੋ ਵੀ ਜੀ, ਇਸ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਬਾਈ, ਮੈਨੂੰ ਦੋ ਤਿੰਨ ਵੀਰਾਂ ਦੇ ਜਿਹੜੇ ਮੈਸੇਜ ਆਏ, ਉਹ ਕਹਿੰਦੇ ਭਾਅ ਜੀ ਇੱਥੋਂ ਕੁਵੈਤ ਤੋਂ ਜਿਹੜੀਆਂ ਇੰਡੀਆ 'ਤੇ ਉਹ ਫ੍ਰੀ ਫਲੈਟਾਂ ਚੱਲਣੀਆਂ ਵਾ, ਉਹਨਾਂ ਦਾ ਕੀ ਹਿਸਾਬ ਕਿਤਾਬ ਆ, ਕੌਣ ਕੌਣ ਉੱਥੇ ਜਾ ਸਕਦੇ ਉਹਦੇ ਵਿੱਚ। ਅਤੇ ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਫ੍ਰੀ ਫਲੈਟਾਂ ਜਿਹੜੀਆਂ ਵਾ ਇਹ ਸਿਰਫ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਇੱਥੇ ਅਨਲੀਗਲ ਰਹਿੰਦੇ ਆ ਅਤੇ ਜਿਹੜੇ ਹੁਣ ਵਾਪਸ ਜਿਹੜਾ ਇੰਡੀਆ ਜਾਣਾ ਚਾਹੁੰਦੇ ਆ। ਇੱਥੇ ਕੁਵੈਤ ਦੇ ਵਿੱਚ ਤੁਹਾਨੂੰ ਪਤਾ ਛੂਟ ਆਈ ਹੈ ਅਤੇ ਇਹਨਾਂ ਨੇ ਅਨਾਊਂਸ ਕੀਤਾ ਵਾ ਵੀ ਤੁਸੀਂ ਜਿਹੜੇ ਵੀ ਇੱਥੇ ਵੀਰ ਅਨਲੀਗਲ ਰਹਿੰਦੇ ਆ, ਜਿਨ੍ਹਾਂ ਦਾ ਮਤਲਬ ਇੱਥੇ ਵੀਜ਼ੇ ਨਹੀਂ ਹੈਗੇ, ਸਿਰਫ ਉਹੀ ਜਿਨ੍ਹਾਂ 'ਤੇ ਕੋਈ ਕ੍ਰਿਮੀਨਲ ਜਿਨ੍ਹਾਂ ਦਾ ਰਿਕਾਰਡ ਨਹੀਂ ਹੈ, ਉਹਨਾਂ ਨੂੰ ਇਹ ਵਾਪਸ ਭੇਜਣ ਲੱਗੇ ਆ ਬਿਨਾਂ ਟਿਕਟ ਤੋਂ ਵੀ। ਉਹ ਟਿਕਟ ਵੀ ਉਹ ਲੈ ਕੇ ਦੇਣਗੇ ਅਤੇ ਤੁਸੀਂ ਜਿਹੜਾ ਵਾਪਸ ਆਪਣੇ ਦੇਸ਼ ਜਾ ਸਕਦੇ। ਜਿੱਦਾਂ ਵੀ ਸਾਰਿਆਂ ਵਾਸਤੇ ਆ ਬਈ, ਬਾਂਗਲਾਦੇਸ਼ੀਆਂ ਵਾਸਤੇ ਆ, ਸ਼੍ਰੀਲੰਕਨ ਵਾਸਤੇ ਆ, ਇਜਿਪਸ਼ੀਅਨ ਆ, ਫਿਲੀਪੀਨੀ ਆ ਅਤੇ ਇੰਡੀਅਨ ਆ, ਇਹ ਸਾਰਿਆਂ ਵਾਸਤੇ ਆ। ਇਹ ਫ੍ਰੀ ਫਲੈਟਾਂ ਜਿੱਦਾਂ ਵੀ ਉੱਦਾਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਨੋਰਮਲ ਫਲੈਟਾਂ ਨਹੀਂ ਆ, ਇਹ ਸਿਰਫ ਉਹਨਾਂ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਵੀਰ ਇੱਥੇ ਅਨਲੀਗਲ ਰਹਿੰਦੇ ਆ, ਜਿਨ੍ਹਾਂ ਨੇ ਫਾਰਮ ਭਰੇ ਆ, ਜਿਹੜੇ ਇੱਥੋਂ ਹੁਣ ਜਾਣਾ ਚਾਹੁੰਦੇ ਆ, ਉਹਨਾਂ ਨੂੰ ਉਹ ਬਿਨਾਂ ਫਾਈਨ ਤੋਂ ਭਰੇ ਤੋਂ ਜਿਹੜਾ ਵਾਪਸ ਉਹ ਜਾਣ ਦੇਣਗੇ। ਅਤੇ ਇਹ ਬਈ ਕੋਈ ਅਫੀਸ਼ਲੀ ਜਿੱਦਾਂ ਵੀ ਆਪਾਂ ਨੋਰਮਲ ਫਲੈਟਾਂ ਆਪਣੀਆਂ ਚੱਲਦੀਆਂ ਵਾ ਉੱਦਾਂ ਨਹੀਂ ਆ, ਅਤੇ ਇਹ ਸਿਰਫ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਇੱਥੇ ਵੀਰ ਅਨਲੀਗਲ ਰਹਿੰਦੇ ਆ। ਅਤੇ ਬੜੇ ਵੀਰਾਂ ਦਾ ਸਵਾਲ ਇਹ ਵੀ ਇੱਥੇ ਭਾਈ ਜਿਹੜੀਆਂ ਫ੍ਰੀ ਫਲੈਟਾਂ ਚੱਲਣੀਆਂ ਉਹ ਕਦੋਂ ਚੱਲਣੀਆਂ ਵਾ? ਬਈ ਉਹ ਫਲੈਟਾਂ ਹੁਣ ਚੱਲਣ ਡੀਆਂ ਵਾ, ਜਿੱਦਾਂ ਫਿਲੀਪੀਨੀਆਂ ਦੀਆਂ, ਇਜਿਪਸ਼ੀਅਨ ਦੀਆਂ, ਅਤੇ ਉਸ ਤੋਂ ਬਾਅਦ ਬਈ ਇੰਡੀਆ ਦੀ ਵਾਰੀ ਸੀਗੀ 11 ਤੋਂ 15 ਦੀ, ਪਰ ਉਹ ਅੱਗੇ ਕਰਤੀ ਹੁਣ ਇਹਨਾਂ ਨੇ। ਅਤੇ ਹੁਣ ਪਹਿਲਾਂ ਬਾਂਗਲਾਦੇਸ਼ੀ ਜਿਹੜੇ ਆ ਉਹ ਜਾਣਗੇ, ਉਸ ਤੋਂ ਬਾਅਦ ਜਿਹੜੇ ਆ ਬਈ ਆਪਣੇ ਇੰਡੀਅਨ ਆ ਇਹਨਾਂ ਦੀ ਵਾਰੀ ਆ। ਅਤੇ ਬਈ ਫਾਰਮ ਭਰਨਾ ਪੈਂਦਾ ਵਾ, ਜਿੱਦਾਂ ਤੁਸੀਂ ਇੱਥੇ ਅਨਲੀਗਲ ਰਹਿੰਦੇ, ਤੁਹਾਡਾ ਵੀਜ਼ਾ ਨਹੀਂ ਲੱਗਾ ਤਾਂ ਤੁਸੀਂ ਫਾਰਮ ਭਰ ਕੇ ਦਿਓ, ਅਤੇ ਫਿਰ ਬਈ ਜਿੱਦਣ ਤੁਹਾਡਾ ਨੰਬਰ ਆ ਗਿਆ 4 ਦਿਨਾਂ ਦੇ ਵਿੱਚ, 4-5 ਦਿਨ ਬਈ ਇਹਨਾਂ ਰੱਖੇ ਆ ਇੱਕ ਦੇਸ਼ ਵਾਸਤੇ, ਅਤੇ ਫਿਰ ਇਹ ਤੁਹਾਨੂੰ ਜਿਹੜਾ ਵਾ ਭੇਜ ਦੇਣਗੇ, ਅਤੇ ਤੁਹਾਡੇ ਮੇ ਬੀ ਫਿੰਗਰ ਨਹੀਂ ਹੋਣਗੇ, ਅਤੇ ਜਿਹੜਾ ਤੁਹਾਨੂੰ ਆ ਇੱਥੇ ਜੁਰਮਾਨਾ ਵੀ ਉਹ ਨਹੀਂ ਪੇ ਕਰਨਾ ਪਊਗਾ। ਨਹੀਂ ਤਾਂ ਇੱਕ ਦਿਨ ਦਾ ਬਈ ਇੱਥੇ 2 ਗੇੜੀ ਜੁਰਮਾਨਾ ਵਾ, ਵੀ ਜਿੰਨਾ ਚਿਰ ਤੁਸੀਂ ਇੱਥੇ ਅਨਲੀਗਲ ਰਹਿੰਦੇ ਜੀ ਉਨਾ ਤੁਹਾਨੂੰ ਜੁਰਮਾਨਾ ਭਰ ਕੇ, ਅਤੇ ਫਿਰ ਬਈ ਇੱਥੋਂ ਜਾਣੀ ਕਿ ਤੁਸੀਂ ਜਾ ਸਕਦੇ ਸੀਗੇ, ਤੁਹਾਡੇ ਫਿੰਗਰ ਵੀ ਹੋਣੇ ਸੀਗੇ ਵੀ ਰਿਪੋਰਟ ਕਰ ਦੇਣਾ, ਇਹਨਾਂ ਤੁਹਾਨੂੰ ਬਲੈਕਲਿਸਟ, ਵੀ ਇੱਥੇ ਵਾਪਸ ਨਹੀਂ ਆ ਸਕਦੇ। ਬਟ ਹੁਣ ਬਈ ਫਿੰਗਰਾਂ ਦਾ ਤਾਂ ਕਨਫਰਮ ਨਹੀਂ ਹੈ, ਉੱਦਾਂ ਉਹਨਾਂ ਕਿਹਾ ਵਾ ਵੀ ਸ਼ਾਇਦ ਫਿੰਗਰ ਨਹੀਂ ਹੋਣਗੇ, ਤੁਸੀਂ ਵਾਪਸ ਆ ਸਕਦੇ ਜੀ ਦੁਬਾਰਾ, ਅਤੇ ਇਹ ਕਨਫਰਮ ਆ ਬਈ ਜਿਹੜੀ ਟਿਕਟ ਆ ਉਹ ਲੈ ਕੇ ਦੇਣਗੇ ਤੁਹਾਨੂੰ, ਇਹ ਜਾਣੀ ਕਿ ਇੱਥੋਂ ਦੀ ਗੌਰਮੈਂਟ ਜਿਹੜੀ ਇਹ ਫਲੈਟਾਂ ਚਲਾਊਗੀ, ਅਤੇ ਤੁਹਾਨੂੰ ਬਿਨਾਂ ਟਿਕਟ ਤੋਂ ਉੱਥੇ ਜਾਣ ਦੇਣਗੇ ਵਾਪਸ ਤੁਹਾਡੇ ਦੇਸ਼, ਅਤੇ ਤੁਹਾਨੂੰ ਜਿਹੜਾ ਜੁਰਮਾਨਾ ਉਹ ਵੀ ਨਹੀਂ ਪੇ ਕਰਨਾ ਪਊਗਾ। ਅਤੇ ਬਾਕੀ ਇਹ ਫ੍ਰੀ ਫਲੈਟਾਂ ਨਹੀਂ ਆ, ਮੈਂ ਕਾਫੀ ਵੀਰਾਂ ਦੇ ਮੈਨੂੰ ਸਵਾਲ ਲਾਉਂਦੇ ਸੀ, 1-2 ਯੂਟਿਊਬਰ ਜਿਹੜੇ ਸੀ ਉਹਨਾਂ ਨੇ ਵੀ ਵੀਡੀਓ ਬਣਾ ਕੇ ਪਾਏ ਸੀ ਵੀ ਜਿਹੜਾ ਵਾ ਫ੍ਰੀ ਫਲਾਈਟ ਜਿਹੜੀ ਆ ਕੁਵੈਤ ਟੂ ਇੰਡੀਆ। ਬਈ ਇਹ ਫ੍ਰੀ ਫਲੈਟਾਂ ਜਿਹੜੀਆਂ ਸਿਰਫ ਉਹਨਾਂ 'ਤੇ ਹੀ ਆ ਜਿਹੜੇ ਵੀਰ ਇੱਥੇ ਅਨਲੀਗਲ ਰਹਿੰਦੇ ਆ, ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗੇ ਅਤੇ ਵੀਜ਼ੇ ਐਕਸਟੈਂਡ ਨਹੀਂ ਸੀ ਹੋਏ, ਜਾਂ ਉਹਨਾਂ ਨਹੀਂ ਕਰਵਾਏ ਹੋਰ, ਉਹਨਾਂ ਦੇ ਕੋਈ ਕ੍ਰਿਮੀਨਲ ਚਾਰਜ ਨਹੀਂ ਸੀ, ਅਤੇ ਉਹੀ ਬਈ ਇੱਥੋਂ ਹੁਣ ਜਾ ਸਕਦੇ ਆ। ਜਿੱਦਾਂ ਵੀ ਛੂਟ ਆਈ ਆ, ਜਿਹਨੂੰ ਛੂਟ ਇੱਥੇ ਕਹਿ ਦਿੰਦੇ ਆ ਵੀ ਛੂਟ ਆ ਗਈ ਆ, ਅਤੇ ਜਿਹੜੇ ਵੀਰ ਇੱਥੇ ਅਨਲੀਗਲ ਰਹਿੰਦੇ ਆ ਜਿਨ੍ਹਾਂ ਦੇ ਵਿੱਚ ਨਹੀਂ ਆ ਉਹ ਇੱਥੋਂ ਜਾ ਸਕਦੇ ਆ। ਹੋਰ ਬਈ ਜਿਹੜੀਆਂ ਉੱਦਾਂ ਇਹ ਫ੍ਰੀ ਫਲੈਟਾਂ ਨਹੀਂ ਆ, ਜਦੋਂ ਫਲੈਟਾਂ ਇੱਥੇ ਖੁੱਲਣਗੀਆਂ ਤਾਂ ਫਿਰ ਬਈ ਤੁਹਾਨੂੰ ਦੱਸ ਦਾਂਗੇ, ਜਿਹੜੀ ਨੋਰਮਲ ਟਿਕਟ ਲੱਗਦੀ ਹੈ ਉਹੀ ਤੁਹਾਨੂੰ ਪੇ ਕਰਕੇ ਅਤੇ ਜਿਹੜਾ ਤੁਸੀਂ ਵਾਪਸ ਆਪਣੇ ਇੰਡੀਆ ਜਾ ਸਕਦੇ ਜੇ ਆ ਸਕਦੇ ਜੇ, ਹੈ ਨਾ। ਅਤੇ ਉੱਦਾਂ ਦੀ ਇੱਥੇ ਜੇ ਕੋਈ ਫ੍ਰੀ ਫਲੈਟ ਵਾਲੀ ਗੱਲ ਨਹੀਂ ਆ, ਵੀ ਇਹ ਸਿਰਫ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਇੱਥੇ ਅਨਲੀਗਲ ਰਹਿੰਦੇ ਆ। ਸੋ ਉਮੀਦ ਆ ਕਿ ਵੀਡੀਓ ਵੀਰ ਜੀ ਤੁਹਾਨੂੰ ਚੰਗੀ ਲੱਗੀ ਹੋਊਗੀ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਜਿਹੜੇ ਵੀਰ ਇੱਥੇ ਆਪਣੇ ਅਨਲੀਗਲ ਰਹਿੰਦੇ ਆ ਉਹਨਾਂ ਨੂੰ ਬੇਨਤੀ ਹੈ ਬਈ ਤੁਸੀਂ ਚੱਲ ਜਾਓ, ਕਿਉਂਕਿ ਇਸ ਤੋਂ ਬਾਅਦ ਬਈ ਉਹਨਾਂ ਨੇ ਕਿਹਾ ਵਾ ਵੀ ਕਾਨੂੰਨ ਜਿਹੜੇ ਕਾਫੀ ਸਖਤ ਕਰਦੇ ਨੇ, ਤੁਹਾਨੂੰ ਬਹੁਤ ਜ਼ਿਆਦਾ ਜੁਰਮਾਨਾ ਜਿਹੜਾ ਪਊਗਾ ਵੀ ਜੇ ਤੁਸੀਂ ਐਤਕਾਂ ਨਾ ਗਏ, ਅਤੇ ਉਹ ਤੁਹਾਨੂੰ ਪੇ ਕਰਕੇ ਜਾਣਾ ਪਊਗਾ, ਅਤੇ ਤੁਹਾਨੂੰ ਜਿਹੜੀ ਸਜ਼ਾ ਵਾ ਉਹ ਵੀ ਹੋ ਸਕਦੀ ਹੈ। ਅਤੇ ਇਸ ਕਰਕੇ ਬੇਨਤੀ ਆ ਵੀ ਜਿਹੜੇ ਵੀਰ ਇੱਥੇ ਅਨਲੀਗਲ ਰਹਿੰਦੇ ਆ ਤੁਸੀਂ ਪਲੀਜ਼ ਚੱਲ ਜਾਓ, ਅਤੇ ਉਸ ਤੋਂ ਬਾਅਦ ਉਹਨਾਂ ਕਿਹਾ ਵਾ ਤੁਸੀਂ ਜਿਹੜਾ ਵਾਪਸ ਆ ਸਕਦੇ ਜੇ ਇੱਥੇ, ਜਾਣੀ ਕਿ ਤੁਹਾਡੇ ਫਿੰਗਰ ਨਹੀਂ ਹੋਣਗੇ, ਤੁਸੀਂ ਤੁਹਾਨੂੰ ਬਲੈਕਲਿਸਟ ਨਹੀਂ ਕਰਦੇ, ਤੁਹਾਨੂੰ ਤੁਸੀਂ ਵਾਪਸ ਵੀ ਆ ਸਕਦੇ ਜੇ। ਅਤੇ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਅਤੇ ਸ਼ੇਅਰ ਕਰ ਦਿਓ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਹੀ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ। ਸੋ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।